ਸਤਕਾਰਯੋਗ ਕਿਸਾਨ ਭੈਣੋ ਤੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਕੱਲ ਦੇਸ਼ ਦੀ ਮੋਦੀ ਸਰਕਾਰ ਨੇ ਐਮਐਸਪੀ ਦੇ ਉੱਪਰ ਕਮੇਟੀ ਬਣਾਉਣ ਦਾ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਹੈ ਬਹੁਤ ਸਾਰੇ ਕਿਸਾਨ ਵੀਰੇ ਪੁੱਛ ਰਹੇ ਨੇ ਉਹਨਾਂ ਨੂੰ ਸ਼ਾਇਦ ਇਹ ਭਰਮ ਹੈ ਕਿ ਸ਼ਾਇਦ ਮੋਦੀ ਸਰਕਾਰ ਨੇ ਸਾਡੀ ਮੰਗ ਮੰਨਣ ਦੀ ਦਿਸ਼ਾ 'ਚ ਕੋਈ ਕਦਮ ਪੁੱਟ ਲਿਆ ਅਸੀਂ ਇਸ ਨੋਟੀਫਿਕੇਸ਼ਨ ਦੀ ਡਿਟੇਲ ਜਦੋਂ ਦੇਖੀ ਹੈ ਤਾਂ ਸਹਿਜੇ ਹੀ ਇਸ ਸੱਤੇ ਤੇ ਪਹੁੰਚ ਗਏ ਆ ਕਿ ਕਿਸਾਨਾਂ ਦੀਆਂ ਮੰਗਾਂ ਤੇ ਮੋਦੀ ਸਰਕਾਰ ਦੇ ਇਸ ਕਮੇਟੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਕਰਕੇ ਸਾਨੂੰ ਕਿਸੇ ਭਰਮ 'ਚ ਨਹੀਂ ਰਹਿਣਾ ਚਾਹੀਦਾ ਕਿਰਤੀ ਕਿਸਾਨ ਯੂਨੀਅਨ ਇਸ ਨੋਟੀਫਿਕੇਸ਼ਨ ਤੇ ਇਸ ਕਮੇਟੀ ਨੂੰ ਮੁਕੰਮਲ ਰੂਪ 'ਚ ਰੱਦ ਕਰਦੀ ਹੈ ਅਰਸ਼ੁਤ ਕਿਸਾਨ ਮੋਰਚੇ ਤੇ ਸ਼ਾਮਲ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਕਮੇਟੀ ਨੂੰ ਰੱਦ ਕੀਤੇ ਜਾਣ ਦੀ ਅਹਿਮ ਲੋੜ ਹੈ ਕਿਸਾਨਾਂ ਦੀ ਮੁੱਖ ਮੰਗ ਸੀ ਕਿ ਸੀ 2 ਪਲੱਸ 50% ਫਾਰਮੂਲੇ ਤਹਿਤ ਐਮਐਸਪੀ ਤੇ ਖਰੀਦ ਦੀ ਕਾਨੂੰਨੀ ਗਾਰੰਟੀ ਇਸ ਆਧਾਰ ਨੂੰ ਇਸ ਨੋਟੀਫਿਕੇਸ਼ਨ ਚ ਛੂਹਿਆ ਤੱਕ ਨਹੀਂ ਗਿਆ ਉਹਦੇ ਨੇੜੇ-ਤੇੜੇ ਦੀ ਵੀ ਨਹੀਂ ਲੰਗੇ ਗਏ ਇਸ ਕਰਕੇ ਇਸ ਤੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਭਰਮ ਹੈ ਜਿਹੜਾ ਨਹੀਂ ਪਾਲਣਾ ਚਾਹੀਦਾ ਦੂਸਰਾ ਇਸ ਚ ਕੁਦਰਤੀ ਖੇਤੀ ਤੇ ਫਸਲੀ ਭੁਪਿੰਤਾ ਦੀਆਂ ਖੂਬਸੂਰਤ ਗੱਲਾਂ ਕੀਤੀਆਂ ਗਈਆਂ ਇਸ ਨੋਟੀਫਿਕੇਸ਼ਨ ਚ ਜਦੋਂ ਕਿ ਇਸ ਦੇਸ਼ ਦੀ ਸਮੁੱਚੀ ਖੇਤੀ ਦੇ ਕਾਇਆਕਲਪ ਕਰਨ ਲਈ ਕਾਰਪੋਰੇਟ ਮੁਕਤ ਆਤਮ ਨਿਰਭਰ ਖੰਡਨਸਾਰ ਕੁਦਰਤੀ ਖੇਤੀ ਮਾਡਲ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ ਉਸ ਦਾ ਜ਼ਿਕਰ ਤੱਕ ਨਹੀਂ ਹੈ ਇਸ ਦੇ ਵਿੱਚ ਸਰਕਾਰ ਕਾਰਪੋਰੇਟ ਦੇ ਪੱਖ 'ਚ ਹੀ ਚੀਜ਼ਾਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਔਰ ਬੈਕ ਡੋਰ ਐਂਟਰੀ ਰਾਹੀਂ ਉਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਲਿਆਉਣਾ ਚਾਹੁੰਦੀ ਹੈ ਇਸ ਕਰਕੇ ਇਸ ਕਮੇਟੀ ਦੀ ਬੰਤਰ 'ਚ ਵੀ ਉਹੀ ਲੋਕ ਸ਼ਾਮਲ ਕੀਤੇ ਨੇ ਜਿਹੜੇ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਨੇ ਜਿਨ੍ਹਾਂ ਦੇ ਖਿਲਾਫ ਦੇਸ਼ ਦੇ ਕਿਸਾਨਾਂ ਨੇ ਜਾਣ ਹੁਗੂੜਮਾ ਇੱਕ ਇਤਿਹਾਸਕ ਕਿਸਾਨ ਕੋਲ ਲੜਿਆ ਸੀ ਇਸ ਕਰਕੇ ਕਿਰਤੀ ਕਿਸਾਨ ਯੂਨੀਅਨ ਕਿਸਾਨਾਂ ਨੂੰ ਕਿਸੇ ਵੀ ਭਰਮ ਦਾ ਸ਼ਿਕਾਰ ਹੋਏ ਬਗੈਰ ਇਸ ਗੱਲ ਦੇ ਅਪੀਲ ਕਰਦੀ ਹੈ ਕਿ ਆਓ ਸਿਉਂਕ ਕਿਸਾਨ ਮੋਰਚੇ ਦੀ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਐਮਐਸਪੀ ਦੇ ਸਿਮੇਤ ਬਾਕੀ ਕਿਸਾਨ ਮੰਗਾਂ ਲਈ ਇਕ ਜਾਨ ਹੂਲ ਮੇ ਹੋਰ ਵੱਡੇ ਲੰਮੇ ਘੋਲ ਦੀ ਤਿਆਰੀ ਕਰੀਏ ਔਰ 31 ਤਰੀਕ ਨੂੰ ਅਪੀਲ ਕਰਦੀ ਹੈ ਕਿ 4 ਘੰਟੇ ਦੇ ਦੇਸ਼ ਵਿਆਪੀ ਚੱਕਾ ਜਾਮ ਚ ਵੱਧ ਚੜ ਕੇ ਆਪਾਂ ਸੜਕਾਂ ਤੇ ਆਈਏ ਪੰਜਾਬ ਦੇ ਵਿੱਚ ਰੇਲਾਂ ਦਾ ਚੱਕਾ ਮੁਕੰਮਲ ਰੂਪ ਚ ਜਿਹੜਾ ਉਹ ਜਾਮ ਕਰ ਦਈਏ ਇਸ ਅਪੀਲ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਇਸ ਕਮੇਟੀ ਦੇ ਮਾਮਲੇ ਚ ਕਿਸੇ ਵੀ ਭਰਮ ਦਾ ਸ਼ਿਕਾਰ ਹੋਏ ਬਗੈਰ ਸੰਘਤ ਕਿਸਾਨ ਮੋਰਚੇ ਦੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਹੈ